ਗੱਡੀ ਤੁਰਨ ਦੀ ਉਡੀਕ ਵਿੱਚ ਉਹ ਸਟੇਸ਼ਨ ਉੱਤੇ ਇੱਧਰ ਉੱਧਰ ਫਿਰ ਰਿਹਾ ਸੀ, ਜਿਵੇਂ ਕਿਸੇ ਦੀ ਭਾਲ ਕਰ ਰਿਹਾ ਹੋਵੇ। ਤੁਸੀਂ ਮਾਤਾ ਜੀ ਕਿੱਥੋਂ ਆਏ ਹੋ? ਅਸੀਂ ਚੀਜਾਵਤਨੀ ਤੋਂ ਆਏ ਹਾਂ ਪੁੱਤ, ਉੱਥੇ ਸਾਡਾ ਘਰ ਹੈ। ਤੂੰ ਕਿੱਥੋਂ ਆਇਆ ਪੁੱਤ? ਮਾਤਾ ਜੀ ਮੈਂ ਮੀਆਂ ਚੰਨੂ ਤੋਂ ਆਇਆ, ਪਰ ਹੁਣ ਪੱਤੋ ਕੇ ਚੱਲਿਆ ਸੀ।